ਅਸੀਂ ਪਹੁੰਚੇ ਹਾਂ ਪਿੰਡ ਰੱਤੜ ਛੱਤੜ। हाँ जी, सत श्री अकाल जी सारिआं नूं, वेलकम बैक टू न्यू वलॉग। ते अज दे वलॉग बहुत ही ज्यादा इंटरेस्टिंग होने वाला है, क्योंकि अज दे वलॉग दे विच तुहानूं बहुत ही पुरातन मस्जिद दिखाउण जा रहे हां सी। मस्जिद का नाम हैगा है रोजा शरीफ, जो कि पिंड रत्तड़ छत्तड़ जिला गुरदासपुर विच स्थित है। ते उत्थे तुहानूं लै के जावांगे, बहुत ही पुरानी बिल्डिंग है। ते नाले तुहानूं अज एक विली जीप दिखाउण जा रहे हां। सो वलॉग नूं एंड तक जरूर देखियो, ते वीडियो नूं लाइक कर दो सारे जणे। ਜਿਹੜੇ ਚੈਨਲ ਤੇ ਨਵੇਂ ਆ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ, ਤੇ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ, ਕਿਉਂਕਿ ਕਾਫੀ ਪੁਰਾਣੀ ਮਸਜਿਦ ਤੁਹਾਨੂੰ ਦਿਖਾਉਣ ਜਾ ਰਹੇ ਆ। ਸੋ ਹੁਣ ਦੇਖਦੇ ਆ ਉੱਥੇ ਜਾ ਕੇ, ਤੇ ਮਿਲਦੇ ਆ ਤੁਹਾਨੂੰ। ਆਓ ਹੁਣ ਤੁਹਾਨੂੰ ਦਿਖਾਉਂਦੇ ਆ ਰੋਜ਼ਾ ਸ਼ਰੀਫ ਮਸਜਿਦ। ਤੇ ਹੁਣ ਅਸੀਂ ਐਂਟਰ ਕਰ ਰਹੇ ਹਾਂ ਰੋਜ਼ਾ ਸ਼ਰੀਫ ਮਸਜਿਦ ਵਿੱਚ। ਤੇ ਸਭ ਤੋਂ ਪਹਿਲਾਂ ਕੁਝ ਪੌੜੀਆਂ ਆਉਂਦੀਆਂ ਨੇ, ਉਸ ਤੋਂ ਬਾਅਦ ਸਾਹਮਣੇ ਜਿਹੜੀ ਇਮਾਰਤ ਹੈ ਇਹ ਰੋਜ਼ਾ ਸ਼ਰੀਫ ਮਸਜਿਦ ਦੀ ਇਮਾਰਤ ਹੈ। ਤੇ ਇਹਦਾ ਫਿਲਹਾਲ ਤੇ ਜਿਹੜਾ ਸਾਂਭ ਸੰਭਾਲ ਦਾ ਕੰਮ ਚੱਲ ਰਿਹਾ ਹੈ, ਕਿਉਂਕਿ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਮਸਜਿਦ ਕਾਫੀ ਪੁਰਾਣੀ ਹੈ। ਹੁਣ ਅਸੀਂ ਪਹੁੰਚੇ ਹਾਂ ਪਿੰਡ ਰੱਤੜ ਛੱਤੜ, ਤੇ ਇੱਥੇ ਇਹ ਜਿਹੜੀ ਆ ਮਸਜਿਦ ਬਹੁਤ ਹੀ ਪੁਰਾਣੀ ਮਸਜਿਦ ਆ, ਤੇ ਬਹੁਤ ਹੀ ਜ਼ਿਆਦਾ ਫੇਮਸ, ਤੇ ਮਤਲਬ ਬਹੁਤ ਹੀ ਪੁਰਾਤਨ ਆ। ਤੇ ਫਿਲਹਾਲ ਤੇ ਇੱਥੇ ਕੋਈ ਇਤਿਹਾਸ ਦਾ ਬੋਰਡ ਨਹੀਂ ਲੱਗਾ ਜੋ ਤੁਹਾਨੂੰ ਇਤਿਹਾਸ ਦੱਸ ਸਕੀਏ, ਤੇ ਇਹ ਪਿੰਡ ਵੀ ਕਾਫੀ ਪੁਰਾਤਨ ਆ ਤੇ ਮਸਜਿਦ ਵੀ ਕਾਫੀ ਪੁਰਾਤਨ ਆ ਭਾਜੀ। ਤੇ ਇੱਥੇ ਸਾਹਮਣੇ ਉਰਦੂ ਦੇ ਵਿੱਚ ਕੁਝ ਲਿਖਿਆ ਹੋਇਆ ਹੈ। ਆਓ ਹੁਣ ਤੁਹਾਨੂੰ ਅਸੀਂ ਅੰਦਰ ਦਾ ਵਿਊ ਦਿਖਾਉਂਦੇ ਆ ਕਿ ਅੰਦਰੋਂ ਵਿਊ ਜਿਹੜਾ ਕਿਸ ਤਰ੍ਹਾਂ ਦਾ ਆ ਰਿਹਾ ਹੈ। ਤੇ ਅੰਦਰ ਵੀ ਕਾਫੀ ਖੂਬਸੂਰਤ ਤੇ ਸਾਂਭ ਸੰਭਾਲ ਰੱਖੀ ਗਈ ਹੈ, ਤੇ ਇੱਧਰ ਵੀ ਉਰਦੂ ਦੇ ਵਿੱਚ ਕੁਝ ਲਿਖਿਆ ਹੋਇਆ ਹੈ। ਤੇ ਉਸ ਸਮੇਂ ਦੇ ਕਾਰੀਗਰਾਂ ਵੱਲੋਂ ਕਾਫੀ ਵਧੀਆ ਜਿਹੜੀ ਚੀਜ਼ ਇਹ ਬਣਾਈ ਗਈ ਹੈ। ਤੇ ਆਓ ਹੁਣ ਤੁਹਾਨੂੰ ਦੂਸਰੀ ਸਾਈਡ ਲੈ ਕੇ ਚੱਲਦੇ ਹਾਂ, ਤੇ ਉੱਧਰ ਹੁਣ ਦੇਖਦੇ ਹਾਂ ਕੀ ਆ, ਤੇ ਵੀਡੀਓ ਨਾਲ ਬਣੇ ਰਹੋ, ਤੇ ਨਾਲ ਦੀ ਨਾਲ ਹੀ ਤੁਹਾਨੂੰ ਦਿਖਾਉਂਦੇ ਜਾਵਾਂਗੇ ਅਸੀਂ। ਤੇ ਇੱਧਰ ਜਿਹੜਾ ਖੂਹ ਆ, ਇੱਕ ਖੂਹ ਵੀ ਕਾਫੀ ਜਿਹੜਾ ਪੁਰਾਣਾ ਹੈ, ਤੇ ਕਾਫੀ ਇੱਥੇ ਹਰਿਆਲੀ ਦੇਖਣ ਨੂੰ ਮਿਲਦੀ ਹੈ, ਕਾਫੀ ਇੱਥੇ ਰੁੱਖ ਲੱਗੇ ਹੋਏ ਨੇ ਜਿਹਦੇ ਨਾਲ ਇਹ ਸਾਨੂੰ ਹਰਿਆ ਭਰਿਆ ਵਿਊ ਜਿਹੜਾ ਕਾਫੀ ਵਧੀਆ ਦੇਖਣ ਨੂੰ ਮਿਲਦਾ ਹੈ। ਉਸ ਤੋਂ ਅੱਗੇ ਹੁਣ ਅਸੀਂ ਚੱਲਦੇ ਹਾਂ, ਤੇ ਇਹ ਆ ਇਸ ਮਸਜਿਦ ਦਾ ਫਰੰਟ ਵਿਊ, ਤੇ ਇੱਥੇ ਵੀ ਉਰਦੂ ਦੇ ਵਿੱਚ ਲਿਖਿਆ ਹੋਇਆ ਹੈ।
ਤੇ ਹੁਣ ਅਸੀਂ ਇਸ ਦੇ ਅੰਦਰ ਚੱਲਦੇ ਹਾਂ ਤੇ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਕਾਫੀ ਖੂਬਸੂਰਤ ਜਿਹੜੀ ਆ ਉਹ ਕਾਰੀਗਰੀ ਦਿਖਾਈ ਗਈ ਹੈ ਇੱਥੇ ਸਾਨੂੰ ਕੋਈ ਮਿਲਿਆ ਨੀ ਜਿਹਦੇ ਕੋਈ ਇਤਿਹਾਸ ਪੁੱਛ ਸਕਦੇ ਬਾਕੀ ਹੈ ਕਾਫੀ ਪੁਰਾਤਨ ਆ ਜਿੱਦਾਂ ਕਿ ਤੁਹਾਨੂੰ ਸਾਰੀ ਦਿਖਾ ਦਿੱਤੀ ਹੈ ਹੁਣ ਅਸੀਂ ਚੱਲੇ ਹਾਂ ਫਿਰ ਵਾਪਸ ਤੇ ਪਿੰਡ ਹੈਗਾ ਰੱਤੜ ਛੱਤੜ ਕਾਫੀ ਪੁਰਾਣਾ ਪਿੰਡ ਗੁਰਦੁਆਰਾ ਸਾਹਿਬ ਇੱਧਰ ਚਲੋ ਬਾਈ ਤੇ ਜਿਵੇਂ ਕਿ ਤੁਸੀਂ ਦੇਖਿਆ ਕਿ ਸਾਨੂੰ ਉਸ ਮਸਜਿਦ ਦੇ ਵਿੱਚ ਕੋਈ ਵੀ ਨਹੀਂ ਮਿਲਿਆ ਜੋ ਸਾਨੂੰ ਇਸ ਮਸਜਿਦ ਦਾ ਇਤਿਹਾਸ ਦੱਸ ਸਕਦਾ ਤੇ ਜੇ ਹੋਰ ਕਿਸੇ ਨੂੰ ਵੀ ਇਸ ਦਾ ਇਤਿਹਾਸ ਪਤਾ ਹੈ ਤੇ ਉਹ ਕਮੈਂਟਾਂ ਦੇ ਵਿੱਚ ਲਿਖ ਸਕਦਾ ਹੈ ਤਾਂ ਜ਼ਰੂਰ ਆਪਣੇ ਜਿਹੜਾ ਵਿਚਾਰ ਪੇਸ਼ ਕਰਿਓ ਜੇ ਤੁਸੀਂ ਇਸ ਮਸਜਿਦ ਦੀ ਫੁੱਲ ਡਿਟੇਲ ਵੀਡੀਓ ਦੇਖਣ ਦੇ ਵਿੱਚ ਇੰਟਰਸਟਿਡ ਹੈਗੇ ਹੋ ਤਾਂ ਵੱਧ ਤੋਂ ਵੱਧ ਇਸ ਵੀਡੀਓ ਦੇ ਥੱਲੇ ਕਮੈਂਟ ਕਰੋ ਤਾਂ ਕਿ ਅਸੀਂ ਉੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਤੇ ਪੂਰੀ ਪਿੰਡ ਦੀ ਡਿਟੇਲ ਵੀਡੀਓ ਤੇ ਮਸਜਿਦ ਦੀ ਡਿਟੇਲ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਾ ਸਕਾਂਗੇ ਸੋ ਵੱਧ ਤੋਂ ਵੱਧ ਕਮੈਂਟ ਜ਼ਰੂਰ ਕਰਿਓ ਤੇ ਕਿਉਂਕਿ ਸਾਨੂੰ ਕੋਈ ਵੀ ਨਹੀਂ ਮਿਲਿਆ ਤਾਂ ਕਰਕੇ ਵੀਰਵਾਰ ਦੇ ਦਿਨ ਜਿਹੜਾ ਵਾ ਉਹ ਦੱਸ ਦਿਆ ਕਿ ਉੱਥੇ ਜਿਹੜੀ ਸੰਗਤਾਂ ਆਉਂਦੀਆਂ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਾਂਗੇ ਜਿਹੜੇ ਉੱਥੋਂ ਦੇ ਮੁਖੀ ਸੇਵਾਦਾਰ ਹੋਣਗੇ ਤੇ ਜੇ ਤੁਹਾਨੂੰ ਚਾਹੀਦੀ ਡਿਟੇਲ ਵੀਡੀਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅੱਜ ਦਾ ਵਲੋਗ ਇੱਥੇ ਐਂਡ ਕਰਦੇ ਹਾਂ ਉਮੀਦ ਕਰਦਾ ਤੁਹਾਨੂੰ ਵਧੀਆ ਲੱਗਾ ਹੋਏਗਾ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ।